हरी भाई
ਦੀ ਪਾਵਕ ਬਾਣੀ ਦੇ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਪਾਵਕ ਬਾਣੀ ਹੈ ਦਿਨ ਜਿਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸ ਤੱਤ ਵੱਡੇ ਆਏ ਮਹਿਮਾ ਜੋ ਗਾਇਨ ਕੀਤੀ ਗਈ ਹੈ ਦਰਜ ਕੀਤੀ ਗਈ ਹੈ ਇਹ ਪਾਵਨ ਬਚਨ ਭਗਤ ਤਰਲੋਚਨ ਜੀ ਦਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆ ਜੋ ਇਹ ਪਾਵਨ ਸ਼ਬਦ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਸ ਤੱਤ ਵੱਡਿਆ ਹੈ ਹਰੀ ਬਾਈ ਗੋਬਿੰਦ ਨਾਮ ਮਤ ਬਿਸਰ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਵਿਸਰਦੀ ਹੈ ਗੁਰੂ ਦਾ ਨਾਮ ਸਾਡੇ ਤੋਂ ਵਿਸਰ ਜਾਂਦਾ ਹੈ ਖਾਣਾ ਸਾਨੂੰ ਚੇਤਾ ਰਹਿੰਦਾ ਹੈ ਬੱਚਿਆਂ ਦਾ ਧਿਆਨ ਰਹਿੰਦਾ ਹੈ ਘਰ ਪਰਿਵਾਰ ਦਾ ਧਿਆਨ ਰਹਿੰਦਾ ਹੈ ਸਭ ਤੋਂ ਵੱਡੀ ਜਿਹੜੀ ਚੀਜ਼ ਜਿਸਨੇ ਸਾਡਾ ਪਾਰ ਉਤਾਰਾ ਕਰਨਾ ਹੈ ਭਗਤ ਜੀ ਕਹਿੰਦੇ ਹਨ ਇਹ ਚੀਜ਼ ਸਾਡੇ ਤੋਂ ਵਿਸਰ ਜਾਂਦੀ ਹੈ ਪਰ ਇਹ ਚੀਜ਼ ਵਿਸਰਨੀ ਨਹੀਂ ਚਾਹੀਦੀ ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਨਹੀਂ ਵਿਸਰਨਾ ਚਾਹੀਦਾ ਪਰ ਅਸੀਂ ਸੰਸਾਰੀ ਜਿੰਨੇ ਵੀ ਜੀਵਨ ਨਾਲ ਸਭ ਤੋਂ ਪਹਿਲਾਂ ਨਾਮ ਹੀ ਵਿਸਾਰਦੇ ਹਾਂ ਬੱਚਾ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਨਾ ਜਦੋਂ ਸਭ ਤੋਂ ਪਹਿਲਾਂ ਲਿਵ ਉਹਦੀ ਪਰਮੇਸ਼ਰ ਦੇ ਨਾਮ 'ਤੇ ਟੁੱਟਦੀ ਹੈ ਮਾਤਾ ਦੇ ਗਰਭ ਦੇ ਵਿੱਚ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਦੀ ਲਿਵ ਜੁੜੀ ਹੋਈ ਹੁੰਦੀ ਹੈ ਸੰਸਾਰ ਵਿੱਚ ਆਉਂਦਾ ਹੈ ਲਿਵ ਟੁੱਟ ਜਾਂਦੀ ਹੈ ਪਾਵਨ ਬਚਨ ਹਨ ਭਗਤ ਤਰਲੋਚਨ ਜੀ ਦੇ ਇਹ ਚੀਜ਼ ਹੈ ਸਭ ਤੋਂ ਵੱਡੀ ਜਿਹੜੀ ਸਾਨੂੰ ਵਿਸਰ ਰਹੀ ਹੈ ਵਿਸਰਦੀ ਪਈ ਹੈ ਅਤੇ ਅਸੀਂ ਦੁੱਖਾਂ ਦੇ ਵਿੱਚ ਫਸ ਰਹੇ ਹਾਂ ਇਹ ਜਿਹੜੀ ਆਯੂ ਆਰਜੂ ਸਾਨੂੰ ਮਿਲੀ ਹੈ ਬਤੀਤ ਹੋਈ ਜਾ ਰਹੀ ਹੈ ਭਗਤ ਜੀ ਕਹਿੰਦੇ ਹਨ ਜੇਕਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰਾਂਗੇ ਫਿਰ ਤਾਂ ਲਾਸਟ ਦੀ ਪੰਕਤੀਆਂ ਦੇ ਵਿੱਚ ਸਤਿਗੁਰ ਦੇ ਪਾਵਨ ਬਚਨਾਂ ਦੇ ਰਾਹੀਂ ਨਾਮ ਦੇ ਰਾਹੀਂ ਸਾਨੂੰ ਸਮਝਾਣਾ ਕਰਦੇ ਹਨ ਬਦਤ ਤੇ ਲੋਚਨ ਤੇ ਨਰ ਮੁਕਤਾ ਪੇਤੰਬਰ ਵਾਕੇ ਹਿਰਦੇ ਵਸੈ ਇੱਕ ਤੇ ਹੈ ਜਿਹੜੇ ਗੁਰੂ ਦੇ ਨਾਮ ਨੂੰ ਨਹੀਂ ਵਿਸਾਰਦੇ ਜਿਹੜੇ ਗੁਰੂ ਦੇ ਸ਼ਬਦ ਨੂੰ ਨਹੀਂ ਵਿਸਾਰਦੇ ਨਾਮ ਨੂੰ ਨਹੀਂ ਨਾ ਵਿਸਾਰਦੇ ਤੇ ਸਤਿਗੁਰੂ ਜੀ ਕਹਿੰਦੇ ਹਨ ਉਹ ਪੇਤੰਬਰ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਵਾਸਾ ਕਰ ਰਿਹਾ ਹੈ ਤੇ ਨਰ ਮੁਕਤੇ ਉਹ ਮੁਕਤ ਹੋ ਜਾਂਦੇ ਹਨ ਭਾਵ ਸਰੀਰ ਦਾ ਜਿਹੜਾ ਜਨਮ ਅਤੇ ਮਰਨਾ ਇਸ ਸੰਸਾਰ ਵਿੱਚ ਆਉਣਾ ਸਰੀਰਕ ਤੌਰ 'ਤੇ ਮਰਨਾ ਇਹਨਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਗੋਬਿੰਦ ਦਾ ਨਾਮ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ ਅਤੇ ਇਹਦੇ ਵਿਪਰੀਤ ਕਹਿੰਦੇ ਜਿਨ੍ਹਾਂ ਨੂੰ ਵਿਸਰ ਜਾਂਦਾ ਹੈ ਪਰਮੇਸ਼ਰ ਦਾ ਨਾਮ ਉਹਨਾਂ ਦਾ ਕੀ ਹਾਲ ਹੁੰਦਾ ਹੈ ਕੋਈ ਵੀ ਗੁਰੂ ਜਿਹੜਾ ਹੈ ਉਹ ਜਿਹੜਾ ਹੈ ਸਿੱਧੇ ਬਚਨ ਨਹੀਂ ਕਹਿੰਦਾ ਜੇ ਦੁਨਿਆਵੀ ਕੋਈ ਗੁਰੂ ਹੈ ਨਾ ਜੇਕਰ ਤੁਹਾਨੂੰ ਹੁਕਮ ਚੰਗਾ ਗੁਰੂ ਦੇ ਚਰਨਾਂ ਵਿੱਚ ਕਈ ਵਾਰ ਕੋਈ ਸ਼ਬਦ ਦਿੰਦੇ ਹਨ ਕਾਹਦੇ ਵਾਸਤੇ ਜਿਹੜੇ ਸ਼ਬਦ ਚੰਗੇ ਹਨ ਉਹ ਦਿੰਦੇ ਹਨ ਕਿ ਤੁਹਾਨੂੰ ਸੁੱਖਾਂ ਦੀ ਦਾਤ ਮਿਲ ਜਾਵੇਗੀ ਜੇਕਰ ਉਹ ਮਾੜੇ ਸ਼ਬਦ ਦੇਣਗੇ ਤਾਂ ਕਿਸੇ ਨੇ ਉਹਨਾਂ ਨੂੰ ਸੁਣਨਾ ਨਹੀਂ ਪਰ ਗੁਰੂ ਦੀ ਬਾਣੀ ਜਿਹੜੀ ਹੈ ਸਿੱਧਾ ਸਾਨੂੰ ਬਾਣੀ ਰਾਹੀਂ ਸਮਝਾਣਾ ਕਰਦੀ ਹੈ ਭਾਈ ਜੇ ਤੂੰ ਇਹ ਕੰਮ ਕਰੇਗਾ ਇਹਦਾ ਤੈਨੂੰ ਇਹ ਫਲ ਭੋਗਣਾ ਪੈਣਾ ਦੁਨਿਆਵੀ ਤੌਰ 'ਤੇ ਜਿਹੜੇ ਗੁਰੂ ਹਨ ਉਹ ਤੇ ਕਹਿਣਗੇ ਭਾਈ ਤੇਰੇ ਘਰ ਸੁੱਖਾਂ ਦੀ ਦਾਤ ਹੋ ਜਾਵੇਗੀ ਤੇਰੇ ਘਰ ਸੁੱਖ ਸ਼ਾਂਤੀ ਹੋ ਜਾਵੇਗੀ ਇਹ ਪਾਠ ਕਰ ਇਹ ਜਾਪ ਕਰ ਇਹ ਮੰਤਰ ਪੜ੍ਹਨਾ ਹੈ ਤਾਂ ਜਾ ਕੇ ਤੈਨੂੰ ਸੁੱਖਾਂ ਦੀ ਦਾਤ ਮਿਲਣੀ ਹੈ ਭਾਵ ਉਹ ਸਾਨੂੰ ਸੁੱਖਾਂ ਦੇ ਨਾਲ ਜੋੜਦੇ ਹਨ ਅਸੀਂ ਦੁਨਿਆਵੀ ਜੀਵ ਵੀ ਇਸੇ ਤਰ੍ਹਾਂ ਸਾਡਾ ਹਾਲ ਹੈ ਅਸੀਂ ਕੇਵਲ ਅਤੇ ਕੇਵਲ ਸੁੱਖ ਪਾਲਦੇ ਹਾਂ ਸੁੱਖ ਅਤੇ ਦੁੱਖ ਜਿਹੜਾ ਹੈ ਗੁਰੂ ਦਾ ਭਾਣਾ ਹੈ ਇਹ ਗੁਰੂ ਦਾ ਹੁਕਮ ਹੈ ਕਦੀ ਸੁੱਖ ਆਉਂਦਾ ਹੈ ਕਦੀ ਦੁੱਖ ਆਉਂਦਾ ਹੈ ਇਹ ਕਰਮਾਂ ਦੇ ਹਿਸਾਬ 'ਤੇ ਚੱਲਦਾ ਹੈ ਜੇਕਰ ਦੁੱਖ ਕੱਟਣ ਵਾਲਾ ਹੈ ਤੇ ਪਰਮੇਸ਼ਰ ਦਾ ਨਾਮ ਹੈ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਅਤੇ ਅੱਗੇ ਕਰਨਾ ਕੀ ਹੈ ਇਸ ਤਰ੍ਹਾਂ ਕਹਿਣ ਦੇ ਨਾਲ ਦੁੱਖ ਨਹੀਂ ਕੱਟੇ ਜਾਂਦੇ ਸਤਿਗੁਰ ਦੀ ਬਾਣੀ ਦੇ ਅੱਗੇ ਫਿਰ ਕਹਿੰਦੇ ਨੇ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਅੱਠੇ ਪੈਰ ਚਾਰ ਪੈਰ ਹੁੰਦੇ ਦਿਨ ਦੇ ਚਾਰ ਪੈਰ ਰਾਤਰੀ ਹੈ
ਕਹਿੰਦੇ ਜਦੋਂ ਅੱਠੇ ਪੈਰ ਅਸੀਂ ਗੁਰੂ ਦੇ ਸ਼ਬਦ ਨੂੰ ਅਰਾਧਾਂ ਦੇ ਇਹ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਸਾਡੇ ਜਿਹੜੇ ਦੁੱਖ ਹਨ ਇਹਨਾਂ ਦਾ ਨਾਸ ਹੋ ਜਾਵੇਗਾ। ਪਾਵਨ ਬਚਨਾਂ ਦੇ ਰਾਹੀਂ ਆਪ ਜੁੜ ਰਹੇ ਹੋ ਸਤਿਗੁਰੂ ਜੀ ਦੇ ਪਾਵਨ ਬਚਨ। ਇੱਕ ਆਪਾਂ ਨੇ ਵਿਚਾਰ ਕੀਤੀ ਹੈ ਕਿ ਸਤਿਗੁਰੂ ਜੀ ਕਹਿੰਦੇ ਜੇਕਰ ਭਗਤ ਤ੍ਰਿਲੋਚਨ ਜੀ ਕਹਿੰਦੇ ਜੇਕਰ ਗੁਰੂ ਦੇ ਨਾਮ ਨੂੰ ਅਸੀਂ ਜਪਦੇ ਹਾਂ ਤਾਂ ਸਾਨੂੰ ਕੀ ਮਿਲਦਾ ਹੈ। ਇੱਕ ਜੇਕਰ ਅਸੀਂ ਗੁਰੂ ਦੇ ਨਾਮ ਨੂੰ ਨਹੀਂ ਜਪਦੇ ਅਤੇ ਕਰਦੇ ਕੀ ਹਾਂ ਉਹਦੇ ਵਿੱਚ ਸਾਨੂੰ ਕੀ ਮਿਲਦਾ ਹੈ। ਇਹ ਸਤਿਗੁਰੂ ਦੇ ਪਾਵਨ ਬਚਨ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਸਨ। ਪਹਿਲੇ ਨੰਬਰ 'ਤੇ ਆਉਂਦਾ ਹੈ ਅੰਤ ਕਾਲ ਜੋ ਲਛਮੀ ਸਿਮਰੈ। ਲਛਮੀ ਤੋਂ ਭਾਵ ਮਾਇਆ, ਧਨ ਦੌਲਤ। ਸਿਮਰਨਾ ਭਾਵ ਇਹ ਨਹੀਂ ਕਿ ਆਪਾਂ ਕਹਿਣਾ ਲਛਮੀ ਲਛਮੀ ਲਛਮੀ, ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਬਾਣੀ ਰਾਹੀਂ। ਇਹ ਨਹੀਂ ਕਿਹਾ ਗਿਆ ਕਿ ਜਿਹੜੇ ਕੇਵਲ ਅਤੇ ਕੇਵਲ ਲਛਮੀ ਲਛਮੀ ਕਹੀ ਜਾਂਦੇ ਹਨ ਅਤੇ ਉਹਨਾਂ ਦਾ ਇਹ ਹਾਲ ਹੋਣਾ ਹੈ। ਕਹਿੰਦੇ ਨੇ ਜਿਹਨਾਂ ਦਾ ਚਿੱਤ ਜਿਹੜਾ ਹੈ ਮਾਇਆ ਵਿੱਚ ਜੁੜਿਆ ਹੋਇਆ, ਮਾਇਆ ਜਿਹੜਾ ਹੈ ਜਿਹਨਾਂ ਦਾ ਚਿੱਤ ਮਾਇਆ ਦੇ ਵਿੱਚ ਜੁੜਿਆ ਹੋਇਆ ਹੈ। ਹੁਣ ਜਿੰਨੇ ਵੀ ਗੁਰੂ ਸਾਹਿਬਾਨ ਆਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਸੰਗਤਾਂ ਭੇਟਾਂ ਵੀ ਚੜ੍ਹਾਉਂਦੀਆਂ ਸਨ, ਬਹੁਤ ਹੀ ਧੰਨ ਦੌਲਤ ਮਾਨ ਵਡਿਆਈ ਵੀ ਸੀ, ਪਰ ਕਦੇ ਵੀ ਚਿੱਤ ਨੂੰ ਮਾਇਆ ਦੇ ਨਾਲ ਕੇਵਲ ਨਹੀਂ ਜੋੜਿਆ। ਇਹ ਸਮਝਾਉਣਾ ਵੀ ਸਾਨੂੰ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਦੋਂ ਸਰਸਾ ਦੇ ਨਦੀ ਦੇ ਉੱਤੇ ਵਿਛੋੜਾ ਪਿਆ ਸੀ, ਪਤਾ ਨਹੀਂ ਕਿੰਨਾ ਕੁ ਜਾਣਾ ਜਿਹੜਾ ਦਰਿਆ ਦੇ ਵਿੱਚ ਬਹਿ ਗਿਆ ਸੀ, ਅਤੇ ਇੱਕ ਜਿੱਥੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਵੀ ਗੁਰੂ ਘਰ ਬਣਾਇਆ ਉਹਦੇ 'ਤੇ ਆਪਣਾ ਦਾਅਵਾ ਨਹੀਂ ਕੀਤਾ ਕਿ ਇਹ ਮੇਰਾ ਘਰ ਹੈ ਸੰਗਤਾਂ ਵਾਸਤੇ। ਭਾਵ ਆਪਣੇ ਮਨ ਨੂੰ ਮਾਇਆ ਤੋਂ ਨਿਰਲੇਪ ਰੱਖਿਆ ਕਿ ਮਾਇਆ ਦੇ ਨਾਲ ਚਿੱਤ ਨੂੰ ਨਹੀਂ ਜੋੜਨਾ। ਕੰਮ 'ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਵੀ ਸੰਗਤਾਂ ਆਉਂਦੀਆਂ ਸਨ, ਲੰਗਰ ਪਾਣੀ ਚੱਲਦਾ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ। ਜਿੰਨੇ ਗੁਰੂ ਸਾਹਿਬਾਨ ਆਏ ਹਨ, ਜਿੰਨੇ ਭਗਤ ਆਏ ਹਨ, ਭਗਤਾਂ ਦਾ ਜੀਵਨ ਪੜ੍ਹ ਕੇ ਦੇਖੀਏ, ਕਦੀ ਵੀ ਮਾਇਆ ਦੇ ਨਾਲ ਪਿਆਰ ਨਹੀਂ ਪਾਇਆ। ਮਾਇਆ ਤੋਂ ਭਾਵ ਇਹ ਨਹੀਂ ਕਿ ਆਪਾਂ ਕਹਿੰਦੇ ਕਿ ਮਾਇਆ ਦੇ ਨੇੜੇ ਨਹੀਂ ਜਾਣਾ ਸੀ, ਮਾਇਆ ਨੂੰ ਹਾਥੇ ਨਹੀਂ ਲਾਉਣਾ ਮਾਇਆ ਨੂੰ। ਇਹ ਸਤਿਗੁਰੂ ਜੀ ਕਹਿੰਦੇ ਕਾਰੋਬਾਰ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਹਦੇ ਨਾਲ ਆਪਣੇ ਕੰਮ ਕਾਰ ਕਰ, ਪਰ ਮਤ ਜਾਣੀ ਤੂੰ ਆਪਣੇ ਚਿੱਤ ਨੂੰ ਜਿਹੜਾ ਹੈ ਮਾਇਆ ਦੇ ਨਾਲ ਕਦੀ ਜੋੜ ਕੇ ਨਾ ਲਾ ਲਈ ਕਿ ਮਾਇਆ ਨੇ ਤੇਰੇ ਸਾਥ ਨਾਲ ਜਾਣਾ। ਦੁਨੀਆਂ ਦੇ ਵਿੱਚ ਅਸੀਂ ਮਾਇਆ ਦੇ ਨਾਲ ਕੰਮ ਸਵਾਰ ਸਕਦੇ ਹਾਂ, ਘਰ ਲੈ ਸਕਦੇ ਹਾਂ ਮਾਇਆ ਦੇ ਨਾਲ, ਬੱਚਿਆਂ ਦੀ ਪਰਵਰਿਸ਼ ਮਾਇਆ ਦੇ ਨਾਲ ਕਰ ਸਕਦੇ ਹਾਂ, ਵੱਡੇ ਅਹੁਦਿਆਂ 'ਤੇ ਪਹੁੰਚਣ ਵਾਸਤੇ ਮਾਇਆ ਦਾ ਸਹਾਰਾ ਅਸੀਂ ਲੈ ਸਕਦੇ ਹਾਂ, ਪਰ ਗੁਰੂ ਦੇ ਚਰਨਾਂ ਵਿੱਚ ਪਹੁੰਚਣ ਵਾਸਤੇ ਗੁਰੂ ਦੇ ਨਾਮ ਦਾ ਸਾਨੂੰ ਸਹਾਰਾ ਲੈਣਾ ਪੈਣਾ, ਇਹ ਪੂੰਜੀ ਇਕੱਠੀ ਕਰਨੀ ਪੈਣੀ ਹੈ। ਕਹਿੰਦੇ ਹਨ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੇਰੇ ਮਰੈ। ਹੁਣ ਜਦੋਂ ਜੀਵ ਉਦਾਹਰਣ ਦਿੱਤੇ ਹਨ ਸਤਿਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ, ਪਰ ਸਾਡਾ ਹਾਲ ਕੀ ਹੈ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ। ਸਾਡੇ ਹੱਥ ਦੇ ਵਿੱਚ ਸਤਿਗੁਰ ਨੇ ਗਿਆਨ ਦਾ ਰੋਸ਼ਨੀ ਦਿੱਤੀ ਹੈ, ਪ੍ਰਕਾਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਕਹਿੰਦੇ ਫਿਰ ਵੀ ਅਸੀਂ ਜਾਣਤ ਹੀ ਔਗਣ ਕਰੈ, ਜਾਣਦਿਆਂ ਹੋਇਆਂ ਵੀ ਔਗਣ ਕਰਦੇ ਹਾਂ, ਅਸੀਂ ਮਾੜੇ ਕੰਮ ਕਰਦੇ ਹਾਂ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਕਹਿੰਦਾ ਹੱਥ ਵਿੱਚ ਦੀਆ ਹੈ ਅਤੇ ਕਹਿੰਦੇ ਖੂਹ ਦੇ ਵਿੱਚ ਡਿੱਗ ਰਿਹਾ ਹੈ। ਇੱਕ ਦੇ ਜਿਹਦੇ ਕੋਲ ਦੀਵਾ ਨੇ ਹਨੇਰੇ ਵਿੱਚ ਚੱਲ ਰਿਹਾ, ਟੋਏ ਦੇ ਵਿੱਚ ਟਿੱਬੇ ਦੇ ਵਿੱਚ ਖੂਹ ਦੇ ਵਿੱਚ ਡਿੱਗ ਜਾਂਦਾ ਹੈ, ਉਹਦਾ ਕਸੂਰ ਨਹੀਂ ਹੈ ਕਿਉਂਕਿ ਉਹਦੇ ਕੋਲ ਦੀਵਾ ਨਹੀਂ। ਪਰ ਜਿਹਦੇ ਕੋਲ ਹੱਥ ਵਿੱਚ ਕਾਰਜ ਪਰੀ ਹੈ, ਦੀਵਾ ਫੜਿਆ ਹੋਇਆ, ਫਿਰ ਵੀ ਜੇਕਰ ਟੋਏ ਦੇ ਵਿੱਚ ਡਿੱਗਦਾ ਹੈ ਉਹਦੇ ਕਰਮ। ਇਵੇਂ ਦਾ ਹਾਲ ਸਾਡਾ ਹੈ। ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦਿਆਂ ਹੋਇਆ ਕਹਿੰਦੇ ਹਨ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੇਂ ਜੀ ਮਰੈ। ਮਰ ਗਿਆ ਜੀ ਤੇ ਕਹਿੰਦੇ ਨੇ ਹਾਲ ਕੀ ਹੁੰਦਾ ਫਿਰ ਇਹਦਾ। ਸਰਪ ਜੌਣ ਵੱਲ ਵੱਲ ਔਤਰ ਹੈ ਸੱਪ ਦੀ ਜੌਣ। ਹੁਣ ਸੱਪ ਦਾ ਕੀ ਕਰਮ ਹੈ? ਕਹਿੰਦੇ ਹਨ ਸੱਪ ਜਿਹੜਾ ਹੈ ਇਹ ਚੰਦਨ ਦੇ ਨਿਕਟ ਜਿਹੜਾ ਹੈ ਵਲੇਟਾ ਪਾ ਕੇ ਰੱਖਦਾ ਹੈ, ਅਤੇ ਇਹਦਾ ਕੰਮ ਕੀ ਸਾਰੇ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵਿਸ਼ ਘੋਲਣਾ, ਜ਼ਹਿਰ ਪੈਦਾ ਕਰਨਾ। ਸਾਰਾ ਜੀਵਨ ਹੀ ਕਹਿੰਦੇ ਨੇ ਇਹ ਜਿਹੜਾ ਹੈ ਸੱਪ ਦਾ ਜਿਹੜਾ ਕੰਮ ਕੀ ਹੈ, ਜ਼ਹਿਰ ਪੈਦਾ ਕਰਨਾ। ਸਤਿਗੁਰੂ ਜੀ ਕਹਿੰਦੇ ਜੇਕਰ ਭਾਈ ਤੂੰ ਗੁਰੂ ਦੇ ਸ਼ਬਦ ਨੂੰ ਵਿਸਾਰ ਦੇਵੇਂਗਾ, ਨਾਮ ਨੂੰ ਵਿਸਾਰ ਦੇਵੇਂਗਾ, ਹੋਣਾ ਕੀ ਹੈ ਤੇਰਾ, ਤੈਨੂੰ ਵੀ ਸੱਪ ਦੇ ਜੀਵਨ ਵਿੱਚ ਪੈਣਾ ਪੈਣਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇਂ ਜੀ ਮਰੈ। ਇਸਤਰੀ ਤੋਂ ਭਾਵ ਔਰਤ,
ਪਰ ਜੇਕਰ ਸਾਡਾ ਧਿਆਨ ਕਹਿੰਦੇ ਨੇ ਕੇਵਲ ਅਤੇ ਕੇਵਲ ਘਰ ਪਰਿਵਾਰ ਵਿੱਚ ਹੁੰਦਾ ਅਤੇ ਇਹ ਜਾਣਿਓ ਅੰਤ ਕਾਲ ਜੋ ਇਸਤਰੀ ਸਿਮਰੈ ਐਸਾ ਚਿੰਨ ਮੇਰੀ ਜੋੜ ਲੈਣਾ ਕਿਉਂਕਿ ਜਦੋਂ ਤੂੰ ਅੰਤ ਮੇਰੇ ਛੱਡੇਗਾ ਤੇਰਾ ਚਿੰਨ ਜਿਹੜਾ ਮਾਇਆ ਦੇ ਨਾਲ ਜੁੜਿਆ ਰਹੇ ਇਵੇਂ ਦਾ ਕੰਮ ਨਹੀਂ ਕਰਨਾ ਅਤੇ ਸਤਿਗੁਰੂ ਜੀ ਤੀਜੀ ਪੰਕਤੀ ਦੇ ਵਿੱਚ ਪ੍ਰਮਾਣ ਕਰਦੇ ਨੇ ਭਗਤ ਤ੍ਰਿਲੋਚਨ ਜੀ ਅੰਤ ਕਾਲ ਜੋ ਲੜਕੇ ਸਿਮਰੈ ਲੜਕੇ ਭਾਵ ਸਾਡੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਲੜਕੇ ਜਿਹੜੇ ਹਨ ਸਾਡੇ ਵੰਸ਼ ਦਾ ਅੱਗੇ ਵਧਾਉਂਦੇ ਹਨ ਅਤੇ ਸਤਿਗੁਰੂ ਦੀ ਬਾਣੀ ਦੇ ਵਿੱਚ ਹੈ ਜੇਕਰ ਅਸੀਂ ਲੜਕਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਸੇਵਦੇ ਰਹਿੰਦੇ ਹਾਂ ਚੇਤੇ ਕਰਦੇ ਰਹਿੰਦੇ ਹਾਂ ਸੂਕਰ ਜੋੜ ਵੱਲ ਵੱਲ ਉਤਰ ਹੈ ਸੂਕਰ ਤੋਂ ਭਾਵ ਕਹਿੰਦੇ ਸੂਰ ਸੂਰ ਦੀ ਜੁਨੀ ਦੇ ਵਿੱਚ ਸਾਨੂੰ ਮੁੜ ਮੁੜ ਕੇ ਜਨਮ ਲੈਣਾ ਪੈਂਦਾ ਹੈ ਜੇਕਰ ਅਸੀਂ ਇਹ ਕੰਮ ਕਰੀਏ ਹੁਣ ਸਤਿਗੁਰੂ ਜੀ ਨੇ ਸਾਰੇ ਬਚਨ ਸਾਨੂੰ ਖੁੱਲ੍ਹੇ ਦੱਸੇ ਹਨ ਫਿਰ ਵੀ ਸਾਡਾ ਜਿਹੜਾ ਮਨ ਹੈ ਕਹਿੰਦਾ ਕੋਈ ਨਹੀਂ ਹਲੇ ਤੇ ਸਮਾਂ ਬੜਾ ਪਿਆ ਹੈ ਸਮਾਂ ਬਹੁਤ ਜ਼ਿਆਦਾ ਸਾਡੇ ਕੋਲ ਕੋਈ ਨਹੀਂ ਫਿਰ ਨਾਮ ਜਪ ਲਵਾਂਗੇ ਸੋ ਆਪ ਜੀ ਬੀਬੀ ਹਰਕਿਰਨਜੀਤ ਕੌਰ ਜਿਨ੍ਹਾਂ ਦੀ ਉਮਰ ਆਪ ਜੀ ਜਾਣਦੇ ਹੋ ਕਿ 27 ਸਾਲ ਦੀ ਸੀ ਇਹ ਜਿਹੜੀ ਮੌਤ ਹੈ ਨਾ ਸਤਿਗੁਰੂ ਜੀ ਕਹਿੰਦੇ ਹਨ ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਕਿਰਸਾਨ ਕਹਿੰਦੇ ਨੇ ਜਿਵੇਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿਰਸਾਨ ਕਹਿੰਦੇ ਨੇ ਕਿਸਾਨ ਜਿਹੜਾ ਆਪਣੇ ਖੇਤ ਦੇ ਵਿੱਚ ਬੀਜ ਬੀਂਦਾ ਹੈ ਛੱਟਦਾ ਹੈ ਬੀਜ ਨੂੰ ਟੁੱਟਦਾ ਹੈ ਬੀਜ ਅਤੇ ਫਸਲ ਪੈਦਾ ਹੁੰਦੀ ਹੈ ਉਹਦੇ ਵਿੱਚ ਹੁਣ ਫਸਲ ਪੈਦਾ ਹੁੰਦੀ ਪਹਿਲਾਂ ਫਸਲ ਹੁੰਦੀ ਹੈ ਕੱਚੀ ਫਿਰ ਉਹਦੇ 'ਤੇ ਹੌਲੀ ਹੌਲੀ ਬੋਰ ਪੈਂਦਾ ਹੈ ਫਲ ਲੱਗਦਾ ਹੈ ਫਿਰ ਉਸਨੂੰ ਉਹ ਫਲ ਪ੍ਰਾਪਤ ਹੁੰਦਾ ਹੈ ਕਹਿੰਦੇ ਹਨ ਜਿਵੇਂ ਕਿਸਾਨ ਜਿਹੜਾ ਹੈ ਆਪਣੀ ਖੇਤੀ ਦਾ ਮਾਲਕ ਹੈ ਖੇਤ ਦਾ ਮਾਲਕ ਹੈ ਜਿਹੜਾ ਮਰਜ਼ੀ ਬੀਜ ਬੋਵੇ ਫਸਲ ਹੋ ਰਹੀ ਹੈ ਹਲੇ ਕੱਚੀ ਹੈ ਫਸਲ ਉਹਦਾ ਦਿਲ ਕਰੇ ਭਾਵੇਂ ਕੱਚੀ ਫਸਲ ਨੂੰ ਵੱਢ ਲਏ ਕਿਉਂਕਿ ਉਹਦਾ ਹੱਕ ਹੈ ਭਾਵੇਂ ਉਹਦਾ ਦਿਲ ਕਰੇ ਭਾਵੇਂ ਜਦੋਂ ਫਸਲ ਪੱਕ ਜਾਂਦੀ ਹੈ ਉਦੋਂ ਵੱਢੇ ਉਹਦਾ ਹੱਕ ਹੈ ਕਿਉਂਕਿ ਉਹਦਾ ਮਾਲਕ ਬਣਾਇਆ ਹੋਇਆ ਹੈ ਸਤਿਗੁਰੂ ਨੇ ਇਸੇ ਤਰ੍ਹਾਂ ਅਸੀਂ ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਪੈਦਾ ਹੁੰਦੇ ਹਾਂ ਮਤ ਇਹ ਜਾਣੀਏ ਕਿ ਸਾਡਾ ਬੁਢੇਪੇ ਦੇ ਵੇਲੇ ਹੀ ਸਾਨੂੰ ਇਸ ਸੰਸਾਰ ਨੂੰ ਛੱਡਣਾ ਪੈਣਾ ਹੈ ਇੱਥੇ ਆਰਜ਼ੂ ਦਾ ਕੋਈ ਸਮਾਂ ਨਹੀਂ ਇਹ ਜੋ ਓਲਾ ਹੈ ਭਾਵ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕਿੰਨੇ ਸਾਲ ਜੀਣਾ ਹੈ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਇੰਨੇ ਸਾਲ ਇਸ ਸੰਸਾਰ ਵਿੱਚ ਜੀ ਕੇ ਜਾਵਾਂਗਾ ਦਾਅਵਾ ਨਹੀਂ ਦਾਅਵਾ ਕਾ ਕੋ ਨਹੀਂ ਵੱਡਾ ਦੇਸ਼ ਵੱਡਾ ਰਾਜ ਵੱਡਾ ਦੇਸ਼ ਇੱਥੇ ਦਾਅਵਾ ਕੋਈ ਨਹੀਂ ਕਰ ਸਕਦਾ ਕਿ ਮੈਂ ਇੰਨੇ ਚਿਰ ਇੰਨੇ ਸਾਲ ਇੰਨੀਆਂ ਘੜੀਆਂ ਇਸ ਸੰਸਾਰ ਵਿੱਚ ਜੀਣਾ ਹੈ ਨਹੀਂ ਕਿਸੇ ਨੂੰ ਪਤਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨਾ ਮਨ ਗੁਰ ਮਿਲ ਕਾਜ ਸਵਾਰੇ ਇਹ ਮੇਰੇ ਮਨਾ ਗੁਰੂ ਨੂੰ ਮਿਲ ਲੈ ਇਸ ਸੰਸਾਰ ਵਿੱਚ ਆਉਣ ਵਾਲੇ ਤੇਰੇ ਕਾਰਜ ਜਿਹੜੇ ਹਨ ਇਹਨਾਂ ਨੂੰ ਸਵਾਰ ਲੈ ਪਾਵ ਗੁਰੂ ਦੇ ਨਾਮ ਨਾਲ ਤੂੰ ਜੁੜਨ ਵਾਸਤੇ ਇਸ ਸੰਸਾਰ ਵਿੱਚ ਆਇਆ ਗੁਰੂ ਦੇ ਨਾਮ ਦੇ ਨਾਲ ਜੁੜਨ ਵਾਸਤੇ ਆਇਆ ਹੈ ਪਰ ਕਰ ਕੀ ਰਹੇ ਹਾਂ ਅਸੀਂ ਜਿੱਥੇ ਜਾਏ ਤੂੰ ਦੁਵਰਤਨਾ ਤਿਸ ਕੀ ਚਿੰਤਾ ਨਾਹੀਂ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੂੰ ਦੁਵਰਤਨਾ ਤਿਸ ਕੀ ਚਿੰਤਾ ਨਾ ਕਹਿੰਦੇ ਜਿਹੜਾ ਘਰ ਜਿਹੜਾ ਹੈ ਛੱਡਣਾ ਹੈ ਇੱਕ ਦਿਨ ਸਾਡਾ ਹਾਲ ਹੈ ਉਹ ਘਰ ਦੇ ਨਾਲ ਅਸੀਂ ਪਿਆਰ ਜ਼ਿਆਦਾ ਪਾ ਲਿਆ ਹੈ ਜੋ ਘਰ ਛੱਡ ਗਵਾਵਣਾ ਗਵਾਚ ਜਾਣਾ ਹੈ ਇੱਥੇ ਰਹਿ ਜਾਣਾ ਹੈ ਸਭ ਕੁਛ ਸੋ ਲੱਗਾ ਮਨ ਮਾਹੇ ਉਹ ਮਨ ਦੇ ਵਿੱਚ ਲੱਗਿਆ ਹੋਇਆ ਮਨ ਉਹਦੇ ਨਾਲ ਹੀ ਜੁੜ ਗਿਆ ਹੈ ਜਿੱਥੇ ਜਾਏ ਤੁਦ ਵਰਤਣਾ ਜਿਹੜੀ ਜਗ੍ਹਾ 'ਤੇ ਜਾ ਕੇ ਵਰਤਣਾ ਹੈ ਭਾਵ ਜਿੱਥੇ ਸਾਨੂੰ ਸੁੱਖਾਂ ਦੀ ਜਿਹੜੇ ਸਾਡੇ ਕਰਮਾਂ ਦਾ ਨਿਬੇੜਾ ਹੋਣਾ ਹੈ ਤਿਸ ਕੀ ਚਿੰਤਾ ਨਾ ਉਹ ਸਾਨੂੰ ਚਿੰਤਾ ਹੀ ਕੋਈ ਨਹੀਂ ਸਮਾਂ ਲੰਘ ਰਿਹਾ ਹੈ ਅੱਜ ਦਿਨ ਚੜ੍ਹਿਆ ਹੈ ਰਾਤ ਹੋਈ ਹੈ ਦਿਨ ਚੜ੍ਹਿਆ ਹੈ ਰਾਤ ਹੋਈ ਹੈ ਸਮਾਂ ਜਿਹੜਾ ਬਤੀਤ ਹੋਈ ਜਾ ਰਿਹਾ ਆਓ ਤਾਂ ਘਟਾ ਦਿਨ ਅਸਰ ਹੈ ਨਾਰੇ ਮਨ ਗੁਰ ਮਿਲਕਾਜ ਸੁਹਾਰੇ ਆਰਜ਼ੂ ਤੱਕ ਸਤਿਗੁਰੂ ਜੀ ਕਹਿੰਦੇ ਕੋਈ ਸਮਾਂ ਨਹੀਂ ਜਿੰਨੇ ਕੁ ਸਵਾਸ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਉਨੇ ਕੁ ਅਸੀਂ ਭੋਗ ਕੇ ਜਾਂਦੇ ਹਾਂ ਇਸ ਸੰਸਾਰ ਦੇ ਵਿੱਚ
किछ खाइए किछ धर जाइए ते बहुत दुनिया आइए। जे पता होए जीव नूं कि मैं दुनिया च फिर मुड़ के इह घर दे विच जन्म लैणा है, फिर तो कहिंदा कुछ जीव करे कुछ खा जाए कुछ धर जाए कि मैं फिर आके खा लवांगा, पर यह नहीं है। अगला जन्म पता नहीं सतगुरु जी ने तेनों कितने बख्शिश करना है। एक छोटी जी वार्ता मन को समझाने वास्ते है। कोई नारद मुनि कहते हैं एक बार गुरु के चरणों में बेनती की, उसने सतगुरु इस संसार के खेड तुसी आप ही खेड रहे हो, इस संसार के जीवन का तुसी पार उतारा कर सकते हो पर क्यों नहीं करते, इस संसार के जीवन का तुसी पार उतारा क्यों नहीं कर सकते। कहना किता इस संसार के जीव अपना पार उतारा आप ही नहीं करना चाहते। कहते वो किस तरह, कहते एक सेठ है, कहते तू संसार दे विच आप ही विचर लै, ते जे के जे किसी नूं तू दसेगा कि मैं पार उतारा अपना जन्म मरण कटना चाहता है तो मैं तो जन्म मरण कट देवांगा। ये मन को समझाने वास्ते है वार्ता जिहड़ी है। तो कहते नारद मुनि संसार में आया, एक दुकानदार अपनी दुकान पर बैठा है, जो गुरु न गया तो कम कार लग्या हो। नारद मुनि कह लगा चल ये पूछ लें, कह लगे मैं सतगुरु अकाल पुरख वाहगुरु की कृपा के नाल इस संसार में मैं आया हाँ, तो मैं चाहता कि दुनिया का सारी का भला हो जाए, सारे ये जन्म मरण का गेड़ जोड़ा इन्हों का सारे का कटिया जाए, भला करने वास्ते मैं संसार में आया हाँ। मेरे मैं आप जी को दसना चाहता जे तू जन्म मरण अपना कटना चाहता है तो मैं सतगुरु के चरणों में तेरी अरदास कर देवगा, तेरा जन्म मरण का जोड़ा गेड़ ये कटिया जाएगा। कह सेठ ने कहना किया कि मेरे घर कोई औलाद नहीं है, मेरे घर के कोई औलाद नहीं, मेरा कारोबार बड़ा तगड़ा है, जे मैं संसार को छड़ के चला गया मेरे कारोबार का की होगा, मेरे वंश का की बनेगा। तू सतगुरु के चरणों में अरदास करके कह दे कि एक मैं पुत्र की दात दे दो, उस तो बाद मैं संसार को छड़ करके चला जाऊँगा। कहते हैं अरदास की कहना किया चलो ये भी थोड़ी गल मान लें, कहते पुत्र की दात होगी घर खुशियां खेड़ी आनंद दे विच है। नारद मुनि फिर नंगया तो कहना किया भाई तू पुत्र की दात मंगी सी, पुत्र की दात तेनों मिल गई है, चल हुण तेरा जन्म मरण का जिहड़ा गेड़ ये कटिया जाए, चल गुरु के चरणों में अरदास करिए। कहना किया बच्चा जो छोटा है, जिवें माँ प्यो नूं बच्चों की छोटिया छोटिया जिहड़ियां गल्लां बड़ियां सोहणियां लगदियां कि बच्चा जिहड़ा खेड़दा है विहड़े दे विच भजदा है, मन दे विच लालसा आ गई, कहिंदा मैं ना बच्चे नूं खेड़दा होया देखना चाहुंदा हां कि बच्चा मेरा खेड़दा है, बचपन का जो मैं जो समा देखना चाहता हाँ, उस तो बाद मैं गुरु चरणों में अरदास करांगे तो सतगुरु कृपा करेंगे। वो भी समा लंघ गया, जवान होया है बच्चा, बच्चा जवान होया है तो बच्चा जोड़ा है माड़ी संगत के पै गया दिन रात, क्योंकि संगत जड़ी है सच जाने संगत साडा पार उतारा करती है, संगत साडा बेड़ा डोलती है, जे माड़ी संगत मिल गई तो सच जाने जीवन सारा खराब हो जाना है, जे चंगी संगत मिल गई तो जीवन सारा सवार जाना है, संगत का असर पैंदा है। बचपन के बच्चे बच्चा जिहड़ी संगत करता है सच जाने, जे माता पिता अपनी संगत के विच रखदे होया उन्हों नाम के नाल जोड़ी रखते हैं तो सच जाने बच्चा कभी भी माड़ी संगत में नहीं जाएगा। ये कर्म असं कदों करते हैं जिवें संगत का असर पैंदा है, हुण ठंड पैंदी है साडा शरीर कहिंदा सानूं ठंड लग रही है, गर्मी होवे ते सानूं शरीर साडा कहिंदा सानूं गर्मी लग रही है। इसे तरह कर्म जिहड़े हन जिवें दे असीं कर्मां दे विच लंघदे हाँ उवें दे कर्म असीं कमावदे हाँ। जे कोई माड़ा आदमी है माड़ी संगत विच बैठा है, जे असीं उहदी संगत करांगे ते माड़े गुण सानूं पैदा होणगे संगत दे विच। एक सतगुरु की संगत है जिदे उत्ते सच लिखा गया सत संगत
कैसी जानी है जिथे एक नाम बखानी है। एक है सतगुर की संगत जिथे आप बैठे हाँ, सच का प्रचार होंगे गुरु के सच्चे नाम की हिरदे वसाया जाता है, यह जीवन सवार है, घड़िया तुहाड़िया सफलियां होंदिया गुरु दरबार। पर साडा हाल यह है कि पावन दरबार बहना सानू बड़ा औखा है। हॉल के मित्रा सजना के बैठना हो तो बड़ा समा लंघ जाता है, कई बार दो दो बज जाते हैं नहीं पता लगता। इतने पांच मिनट उपर हो जाते हैं, साडा मन कहता घड़ी वाल देखता कि समा तो हो गया है। जितों कुछ प्राप्त होना है साडा मन उत्थे नहीं लगता। इसे करके सतगुरु जी कहते हैं अरी बाई गोबिंद नाम मत विसरै, नहीं विसरना चाहिए परमेश्वर का नाम, पर वह विसर रहा है। वह परमेश्वर का नाम साढ़े तो विसर गया है। सो कहते हैं लड़का जड़ा है माड़ी संगत में पै गया, संसार के भी इस तरह होता है। जे कोई बच्चा जी माड़ी संगत में बच्चा या बच्ची जो माड़ी संगत में पैदे हैं तो माता पिता का दिल दुखता है, उन्होंने इज्जत खराब होती है। बच्चों के प्रति वचन हैं, जड़ा बच्चा माड़ी संगत में पैदा ये जाने कि वो नाल दी नाल उसकी माता पिता का दिल दुखता है, तो माता पिता का दुख जिहड़ा दिल दुखाना सब तो वड्डा इस संसार में माड़ा काम है। क्योंकि माता पिता बड़िया आसा लग करके जिवें हुण आप जी सरवण कर रहे हो कि यह सेठ जिहड़ा अपने आप को जन्म मरण का इहदा गेड़ कट्टिया जा सकता है, पर बच्चों वास्ते घर वास्ते ये जीवन भी लेखे में ला रहे हैं। कहते हैं कहना किता बच्चा जिहड़ा है माड़ी संगत में पै गया है, दिन रात माड़े कर्मों के नशे लीन रहता है, अद्धी अद्धी रात को घर आता है, घर खुला रहता है। तो मैं इहदा जीवन बन जाए फिर मैं इस संसार को छड़ के जावांगा। हुण जाणिओ जिन्नी क आरजू मिलती है उन्नी क भोगनी पैंदी है। हुण इह सेठ का समा जिन्ना क मिलिया सी अकाल पुरख वाहिगुरु कोलों संसार दे विच रहण वास्ते सानू भी समा मिलिया होया है, जिन्ना क गुरु ने बख्शिश किया। तो जो समा खत्म हो गया दरियावे कन्ने बगला बैठा केल करे, केल करें दे हंज नू अचिंते वाज पे, जिवें कहिंदे बगला कहिंदे हन। दरिया के कन्ने दे उत्ते बैठता है बगला, खेडा करता है, मच्छी फड़ता है, सटदा है, खेड करता है। पर कहिंदे जदों उस अकाल पुरख वाहिगुरु दे वाज पैंदे हन, केल करेंगे हंज नू अचिंते वाज पे, वाज पे इस रब दे केला विसरिया, जिहड़ा केला खेडा कर रहा सी ना बगला दरिया के उत्ते बैठा, सारिया केला विसर गया क्योंकि सुवास ही खिंचे गए हुए। बाज पे किस रब के केला विसरिया, विसरिया केला सारिया जिहड़े काम सी जिहड़े कर रहा सी खेडा विसर गईआं। जो मन चिंतना चेते सन सो गाली रब दीआं, जिहड़ियां चेते विच भी नहीं सी गल किस तरह मैनूं कोई बाज पै जावे, सो गाली रब दीआं इह गल्लां रब दीआं हन। इसे तरह संसार दे विच असीं वी परिवार दे विच रह रहे हाँ, पता नहीं किहड़े वेले उस अकाल पुरख वाहिगुरु के जो सुवास सानू जिन्हें बख्शिश किए खत्म हो जाने, पता नहीं किवें किहड़े वेले बाज जिहड़ा पै करके अचिंते बाज पे किस रब दे परमेश्वर दे केला विसरिया, जो मन चित न चेते सन सो गाली रब कीआं। साडे त्रैमन देहु वी चलै पाणी अन्न, आयो बंदा दुनी विच वत असूनी बण। मालकां नूं मौत जां आवसी सब दरवाजे भन, जे मौत ने आना है ना जदों जिन्हें मर्जी असी उपचार कर ली। कई बार आप देखते हाँ कि कोई जीव ज़्यादा सीरीयस हो आई सी यू के भर्ती कर देंगे, डॉक्टर भी कहते हैं ये सेफ है, ऑक्सीजन लगी हुई है, सारिया जड़िया ट्रीटमेंट हो रहा है। पर सतगुरु जी कहते हैं जो परमेश्वर का सदा आ गया ना सब दरवाजे भन, मलकल मौत जा आवसी सब दरवाजे भन, तिना प्यारिया भाइया अगे दिता बन। प्यारे जो भाई हम सज्जन हैं वह तो कहते हैं कि यह जीव बच जाए, पर सतगुरु जी कहने देखो बंदा चलिया क्यों जनिया के कान के नाल ही लास्ट के फिर फरमान है फरीदा अमल जो किते दुनी में दुनिया में रहद्या होया जे तू चंगे अमल कर लैंदा गुरु के सच्चे नाम के नाल जुड़ जाता
अमल जे किते दुनिया विच दरग है आए काम वो परमेश्वर की दरगाह विच काम आने। शब्द भी है अरी भाई गोबिंद नाम मत विसरै ते अमल जे किते दुनिया विच दरग है आवै काम जे चंगे कर्म करांगे वो दरगाह दे विच सानू काम देणगे। कहते हैं इस तरह करदिया होया ये शेर जिहड़ा है चढ़ाई कर गया, चढ़ाई कर गया है ते ओनू अगला जन्म मिलिया कुत्ते दा। हुण कुत्ता भी जिहड़ा है अपने घर दे विच ही उसनू जन्म मिलिया ते कहिंदे नाल गुणी फिर नंगे ते कहना किता सेठ ते कहिंदे उह ते चढ़ाई कर गया। फिर सतगुरु के चरणों में अरदास की, सतगुरु वो सेठ जिहड़ा सी उह कहिड़ी जोनी दे विच है, कहना किता उहदे कर्म सन जिवें दे उसने कर्म किते, मन दे विच भावना सी, मरदी वार भी ये चिंता ले फिरदा सी कि जे मैं मर गया मेरे पिछों एक घर बार कौन संभालेगा, दीदी रात में यह आता है माड़े कर्मों च यह फसया होया है, सारी उम्र में ला करके माया घर बार बनाया इन्हें तो सारा खराब कर देना है, मन दे विच यह भावना सी मेरे घर का की बनेगा, तो हमने ये कुत्ते के जन्म के घर में रखवाली वास्ते भजया हो। फिर जो नारद मुनि ने जो सतगुरु की कृपा के द्वारा उस कुत्ते के जन्म के सेठ जिहड़ा है उन्होंने कहना किता सेठ तैनू कहा कि गुरु के चरणों में लग जा, तेरा जन्म मरन कटिया जाना है, फिर तू जोनी में पै गया, कहना की करा बच्चा ही मैं लैके निकलिया है, सारी उम्र मैं जोड़ता रहा धन दौलत को, तो यह बच्चा मेरा खराब निकलिया, पाप माड़ी संगत में पै गया है, तो हम मैनू भी यह जन्म जिहड़ा है इस तरह का मिल गया। पाव सतगुरु जी सानू बाणी राही समझाना करते हैं भाई तुहानू यह कर्म करने यह फल मिलना है, पर असी फिर भी जीव जड़े हैं फिर भी कहते हैं कोई नहीं हाले तो समा बड़ा पिया है। सो बीबी हरकिरनजीत कौर जो जिन्हें कु सुवास मिले सन, क्योंकि ये सुवासा की पूंजी धुर दरगाह को मिलती है, मरण लिखाए मंडल में आए क्यों रही है चलना परथाए, ये लिखा जाता है दरगाह के विच, ते उत्थे जिन्ने के सुवास लिखे जाते हैं जीव भोग करके संसार को छड़ करके जला जाता है। सो परिवार के जीव सांझ कर रहे सन कि उन्होंने जो पिता ये चढ़ाई करके हैगा ना संसार के विच, ते उन्होंने चिंता से कि मेरी लड़की जिहड़ी है इहदा विआह चंगे तरीके दे नाल हो जाए। हर माँ प्यो जिहड़ा है इह बच्चों के वास्ते दिन रात चिंता करता है। सो परिवार ने जिया ने सांझ की कि देख लो उहदा पिता कहिंदा सी कि चंगी तरह इहदा विआह करियो जी, इहदी देखभाल करियो, पर गुरु दे भाणे दे अंदर वेखो किवें दा विआह होया। पाव ये गुरु की जिन्हें क सुवास बख्शिश किए, मन के बड़िया रीझा होंगे बच्चा साडा ये बनेगा इवें तो इसको घर लैके देवगा, इसको ये पढ़ाई करानी है मैं, पर जड़िया मन के रीझा हैं वह मन दिया रीझा मन में रह जाएं। सो सतगुरु कृपा कर सब ने सोहरै वंजना सब मुख लावन हार, सारिया ने एक दिन सोहरा घर कहते हैं, जिमें कु बच्ची जड़ी है मापिया के घर के पैदा होंगी है, मापिया के घर पैदा हुई पर वो कहते हैं जो पैदा होंगी है पहला इंडिया के पंजाब के पहला भी कहना कहते सन पहले जमानिया के हूँ तो पढ़ाई का असर है, पहला ही कहना कहना थोड़े घर कुड़ी आई है ये वास्ते दाज जरा इकट्ठा करना शुरू कर दो, एक दिन इन्हू तोरना है घरों, एक दिन तुहानू इस बच्ची नू तोरना है, पावी का विआह हो जाना, इसने सोहरे घर जाने का घर असली जिहड़ा है सोहरा घर है, बच्ची का घर जिहड़ा मन्निया जांदा है सोहरा घर मन्निया जांदा है। इसे करके सतगुरु जी ने बाणी दे विच भी सानू उदाहरण दिता सब ने सोहरै वंजना सब मुकलावन हार, मुकलावा घर पाव ये पिता का घर, सारिया ने एक दिन सोहरे के घर जाना है पाव अकाल पुरख वाहिगुरु के घर जाना है, ते नाल ही बाणी दे विच ये भी समझाया गया है जिन्हें भी असी संसार के जीव हाँ सारे जीव इस्त्रियां हाँ, इस संसार में
एक कहते हैं नारी जिहड़ी है एक नार है होर सगली जिहड़ी है जिहड़े भी जिन्ने असीं जीव हाँ परमेश्वर की अकाल पुरख वाहिगुरु की जीव इसत्रियां जिवें जीव इसत्री कहते हैं संसार के जदों उहदा विआह हो जाता है पति उसनों परमेश्वर कहते हाँ कि यह पति तेरा परमेश्वर है जदों इहदे कहने के मुताबिक चलना है। इसे तरह जीव इसत्री जिन्हें भी असीं संसार के जीव हाँ ये इसत्रियां का नहीं सतगुरु जी कहते हैं भावें पुरुष है भावें औरत है इको जोत है परमेश्वर की तो सारे ही परमेश्वर की जीव इसत्रियां हैं। तो जिमें जिमें गुरु की कृपा रहमत होंगी है इस संसार छड़ करके सानू उस परमेश्वर अकाल पुरख वाहिगुरु की दरगाह में जाना पैंदा है। फरीदा गोल निमानी सट करे नी धरिया घर आओ सर पर मैथ चलना मरनो ना डरिया कहते मड़िया गड़िया हैं सिवे जड़े हैं ये भी आवाजा मारते हैं जीव में जिंदे जी आप कभी लंघते हुई ना मड़िया वाल तो ध्यान भी नहीं करते। कहते हैं बाबा फरीद जी कहते हैं एक दिन तेनों एक घर के आना पैना है नी घरिया घर आओ नी घरिया तो भाव जरा घर तो दूर चला जाता है। बाबा फरीद जी कहते हैं तेनों एक दिन इस घर आना पैना है जे नहीं आया सर पर मैथ चुलना मरनो ना डरिया तेन तो लैके चुक के लैके आके इतने मरनो ना डरिया मरन तो ना डर क्योंकि इस संसार में मरना जड़ा है सच है एक दिन मरना पैना है ये सच है। जीवन जड़ा है झूठ है जीवन का पता नहीं सतगुरु जी कहते मरना जड़ा है ये सच है तो इस सच को पछाणी। सो सतगुरु के चरणों में बैठ करके बहुत ही धन्यवाद संगतों का कि बड़े प्रेम सत्कार के नाल आप जी ने बाणी कथा सरवण की है क्योंकि जिहड़ा कथा विचारा करता है या बाणी कीर्तन पढ़ता है मन ता ही लगता है जो संगत प्यार दे नाल सरवण करती है। सो संगतों का बहुत बहुत दिलों धन्यवाद है कि आपने बड़े प्यार दे नाल ये बाणी कथा विचारा नूं सरवण किया है। तो दसदिआं दी बेनती है कि आप जी जिवें सानूं अज सतगुर दे कृपा दे द्वारा जो गुरु के भाने के अंदर असं गुरु चरणों में बैठ करके अंतिम अरदास शामिल होंगे अपने मन में बुला लीए कि असी हर रोज़ ही परमेश्वर के नाम का सिमरन करना है जाच लैके जानी चाहिए है पावन दरबार में केवल यह नहीं कि असी अंतिम अरदास आए हाँ कि हाजिरी भर के घरदियां मूँह दिखा के चले जाना है नाल दी नाल अपना जीवन भी बनावो हौली हौली सतगुरु के चरणों में आके अरदास करिया करो सतगुरु तेरा नाम ना विसरे तेरे नाम के नाल मैं जुड़िया रहा तेरे नाम की बंदगी करा क्योंकि मेरा भी पता नहीं कदों मैं इस संसार के जाना पैना है कृपा करी मैं नाम की दात बख्शिश कर दी तेरा नाम जड़ा है हर जगह पर सहायता करेगा। सो सतगुरु के चरणों में अरदास करनी कि सतगुरु सानू नाम की दात बख्शिश करो ता कि आपकी कृपा सदका ये जीवन में रहिंदिया होइया तेरे नाम के नाल जुड़े रहीए ते भई प्राप्त मानुख देव होइया गोबिंद मिलन की यह तेरी बरिया ये घड़ी नूं संभालीए जिहड़ा समा सानू मिलिया है अगे जिहड़ा जीवन आने वाला है जिन्हें एक सुवास सानू मिले हैं ये सुवास सफले हो जाए। सो सतगुरु कृपा कर नाम की दात चरणों का प्यार पर बख्शिश कर। सो दस रहे पासों कीर्तन करद्या कथा विचारा करद्या क्योंकि कलयुग जी छिन छिन भुलण हार गुरु की बाणी अथाह सागर है कि सागर के बाणी का विचार असी जिनी क बुद्धि सतगुरु जी ने बख्शिश की आप विचार करते हाँ तो यतन करया करो जिन्ना क असी बाणी को पढ़ते हाँ सरवण किया है ना शब्द भी एक शब्द को भी जेकर हिरदे विच वसा के जाओगे घर तो सच जाने जीवन बन जाएगा। सुखमणी साहब दास जी जब सरवण करते हो जाप किनका एक जिस जीव सावै ता कि मेहमा गनी न आवै जिहड़ा किनका मात्र थोड़ा जिहा भी कहिंदे ने अपने हिरदे विच शब्द नूं वसा लैंदा है सतगुरु जी कहिंदे ने उहदी महिमा जिहड़ी है वडियाई गिनी नहीं जा सकती बयान नहीं कीती जा सकती। सो सतगुरु कृपा करन असी गुरु दे चरणां विचों इनाल ही ये आसीसड़ियाँ देहो सज्जन आसीसड़ियाँ जो होवै सहब सो मेल सतगुरु कृपा करें क्योंकि संगत रूप के जिहड़ी बाणी है जां आपां अरदास करदे हां गुरु चरणों में प्रवान होंदी है। सो सतगुरु कृपा कर मन में जोड़ करके क्योंकि वह विछड़ी हुई रूह के निमित्त जो इस संसार में आए बड़े ही बीमार रहे हैं नाल दी नाल। सो जिन्ना सतगुरु जी ने समा बख्शिश किया निमित्त आपां अरदास विच अज शामिल होए हां ते मन दे विच ये अरदास करनी सतगुरु
देहो सजन आसिसड़ियां जो होवै साहिब सिओ मेल। पिछड़ी हुई रूह दा तेरे चरणा में मेल हो जावे ते